ਰੁਕੀ ਮਿੱਤਰਾ ਅੱਜ 2 ਮਿੰਟ ਬੋਲ ਲੈਂਦੇ ਮੈਨੂੰ ਅੱਜ ਨਾ ਰੁਕੀ ਚਲੋ ਕੋਈ ਬਾਤ ਨਹੀਂ ਮੈਂ ਜਲਦੀ ਖਤਮ ਕਰਤਾ ਹੂੰ ਦੋਨੋਂ ਸਰਕਾਰੋਂ ਕੋ ਯਹ ਅਹਿਸਾਸ ਹੋਣਾ ਚਾਹੀਏ ਕਿ ਹਮੇ ਆਗੇ ਬੜਨਾ ਚਾਹੀਏ ਯਹ ਬਾਰਡਰ ਅਗਰ ਖੁਲੇਂਗੇ ਪੰਜਾਬ ਮੇਲ ਚਲਤੀ ਥੀ ਮੇਰੇ ਪਿਤਾ ਮੁਝੇ ਕਹਾ ਕਰਤੇ ਥੇ ਪੰਜਾਬ ਮੇਲ ਚਲਤੀ ਥੀ ਔਰ ਲਾਹੌਰ ਮੇਂ ਆਕੇ ਰੁਕ ਜਾਤੀ ਥੀ ਵੋ ਲਾਹੌਰ ਸੇ ਆਗੇ ਪਿਸ਼ਾਵਰ ਜਾ ਸਕਤੀ ਹੈ ਪਿਸ਼ਾਵਰ ਸੇ ਆਗੇ ਅਫਗਾਨਿਸਤਾਨ ਜਾ ਸਕਤੀ ਹੈ ਮੋਸਕੋ ਜਾ ਸਕਤੀ ਹੈ ਸਾਹਿਬ ਆਪਕੀ ਸਬਜ਼ੀਆਂ ਆਪਕੇ ਚਾਵਲ ਆਪਕੀ ਗੋਭੀ ਵੋ ਬ੍ਰਸਲਸ ਤੱਕ ਜਾ ਸਕਤੀ ਅਬ ਤੋ ਵੋ ਵਹਾਂ ਬ੍ਰੋਕਲੀ ਔਰ ਬ੍ਰਸਲ ਸਪਰਾਊਟ ਖਾਤੇ ਹੈ ਕਿਉਂ ਖਾਤੇ ਹੈ ਯਹਾਂ ਸੇ ਸਭ ਕੁਛ ਜਾਣਾ ਚਾਹੀਏ ਯੇ ਮੇਰੀ ਉਮੀਦ ਹੈ ਯੇ ਮੇਰਾ ਸਪਨਾ ਹੈ ਔਰ ਮੈਂ ਇਸ ਸਪਨੇ ਕੇ ਸਾਥ ਆਪਕੋ ਯੇ ਵਿਸ਼ਵਾਸ ਦਿਲਾਤਾ ਹੂੰ ਕਿ ਜਬ ਤੱਕ ਇਨ ਰਗੋਂ ਮੇਂ ਲਹੂ ਰਹੇਗਾ ਜਬ ਤੱਕ ਇਨ ਧਮਣੀਓਂ ਮੇਂ ਲਹੂ ਬਹਿਤਾ ਰਹੇਗਾ ਮੈਂ ਆਪ ਦੋਨੋਂ ਸਰਕਾਰੋਂ ਕਾ ਸ਼ੁਕਰ ਅਦਾ ਕਰਤਾ ਰਹੂੰਗਾ ਆਪਕੇ ਆਗੇ ਝੁੱਕ ਕੇ ਇਸ ਬਾਤ ਕਾ ਇਸਤਕਬਾਲ ਕਰਤਾ ਰਹੂੰਗਾ ਜਿਨ੍ਹਾਂ ਰਾਹਾਂ ਉੱਤੇ ਬਾਬਾ ਨਾਨਕ ਜਿਨ੍ਹਾਂ ਉੱਤੇ ਤੁਰਿਆ ਜਿਨ੍ਹਾਂ ਰਾਹਾਂ ਉੱਤੇ ਤੁਰਿਆ ਬਾਬਾ ਨਾਨਕ ਸਭ ਦਾ ਸਾਂਝਾ ਅੱਜ ਅਰਦਾਸ ਕਬੂਲ ਹੋਈ ਤੇ ਖੁੱਲਿਆ ਇਹ ਲਾਂਘਾ ਆਓ ਯਾਰੋ ਦਰਸ਼ਨ ਪਾਲੋ ਰਹੇ ਨਾ ਕੋਈ ਵਾਂਝਾ ਰਹੇ ਨਾ ਕੋਈ ਵਾਂਝਾ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਫਿਰ ਸਭ ਦਾ ਧੰਨਵਾਦ ਕਰਦਾ ਰਿਣੀ ਆ ਮੇਰੇ ਇੱਕ ਇੱਕ ਰੋਮ ਦੇ ਅਗਰ ਕਰੋੜ ਕਰੋੜ ਜ਼ਬਾਨ ਲੱਗੇ ਤੇ ਮੈਂ ਤੁਹਾਡਾ ਧੰਨਵਾਦ ਨਹੀਂ ਕਰ ਸਕਦਾ ਹਾਂ ਇੰਨਾ ਜ਼ਰੂਰ ਕਹਿਣਾ ਕਿ ਗੁਰੂ ਨਾਨਕ ਦੇ ਬੋਲਾਂ ਨੂੰ ਹਮੇਸ਼ਾ ਯਾਦ ਰੱਖਾਂਗੇ ਤੇ ਸ਼ੇਖ ਫਰੀਦ ਦੀ ਅਜ਼ਮਤ ਸਦਾ ਆਬਾਦ ਰੱਖਾਂਗੇ ਜੋ ਮਰਕਜ਼ ਹੈ ਇਬਾਦਤ ਦਾ ਸੁਨੇਹਾ ਹੈ ਮੁਹੱਬਤ ਦਾ ਤੇ ਇੱਕ ਸੁਪਨਾ ਹੈ ਬੜੀ ਮੁੱਦਤ ਦਾ ਮੁਰੀਦਾਂ ਨੂੰ ਜੋ ਮੁਰਸ਼ਦ ਦੀ ਮਿਹਰ ਤੱਕ ਲੈ ਜਾਵੇ ਅਸੀਂ ਉਸ ਪਿਆਰ ਦੇ ਲਾਂਘੇ ਦੀ